ಕೊಡ್ತಿದ್ದೆ ಕಣ ಕೊಡ್ತಿದ್ದೆ इस घर च जेकर लम्मा जांदा मैं आस करदा कि जेड़े काफले पिंडां दे विच उठणगे ओ किसानां दी हिमायत विच मगर जाणगे, क्योंकि जेकर आपां पिछों सपोर्ट रखांगे तां ही साडे जेड़े बजुर्ग आ नौजवान अगे हैगे आ उन्हां नूं बल मिलूगा। सो इस आस नाल मैं सारे साथियों का जिहड़े भी जथेबंदी तौर पर इत्थे आए आ जां होर साडे सद्दे उत्ते पहुंचे उन्हां दा तहे दिलों धन्नवाद करदा और आस करदा वी आउंदे दिनां दे विच जदों भी तुहानूं कोई सुनेहा मिलदा वध तों वध साथी लै के साडे किसे भी संघर्ष दे विच पहुंचण दी कृपालता करो तां कि आपां इह जिहड़ी जंग आ इहनूं जित के ही घरां नूं आईए। बारां सारिआं दा बहुत बहुत धन्नवाद। ਮੋਦੀ ਮੁਰਦਾਬਾਦ, ਸੈਂਟਰ ਦੀ ਸਰਕਾਰ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, ਅੜੀਆਲ ਸਰਕਾਰ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, ਜੂਝ ਦੇ ਜਿਧਾਰ ਲੋਕ ਫਿੱਟੇ ਮੁਰਦਾਰ ਲੋਕ, ਜੂਝ ਦੇ ਜਿਧਾਰ ਲੋਕ ਫਿੱਟੇ ਮੁਰਦਾਰ ਲੋਕ। ਮੇਰਾ ਇਹ ਦੇਸ਼ ਦਾ ਤਨ ਹੈ, ਪੂੰਜੀ ਹੈ, ਉਹ ਚੰਦ ਲੋਕਾਂ ਦੇ ਹੱਥਾਂ 'ਚ ਨਹੀਂ ਇਕੱਠੀ ਹੋਣੀ ਚਾਹੀਦੀ। ਉਹਦਾ ਡੀਸੈਂਟਰਲਾਈਜੇਸ਼ਨ जन्मदिन है उन्होंने कहा कुछ सुनिए कुछ कहिए। जवाहरलाल नेहरू यूनिवर्सिटी
ਜਿਹੜੀ ਸਾਡੀ ਇਹ ਗਿਆ ਉਹਦੀ ਕੋਸ਼ਿਸ਼ ਆ ਕਿ ਇਹਨੂੰ ਮੋਦੀ ਵਰਸਿਸ ਸੰਘਰਸ਼ੀ ਲੋਕ ਬਣਾਇਆ ਜਾਵੇ ਪਰ ਲੋਕ ਲੌਜੀਕਲੀ ਉਸ ਚੀਜ਼ ਦਾ ਆਨਸਰ ਦੇ ਰਹੇ ਆ ਕੈਪੀਟਲਿਸਟਾਂ ਨੂੰ ਜਿਹੜੇ ਪੂੰਜੀਵਾਦੀ ਜਿਹੜੇ ਹੈਗੇ ਨੇ ਉਹਨੂੰ ਨਾਲ ਜੋੜ ਰਹੇ ਨੇ ਕਿਉਂਕਿ ਜੇ ਮੋਦੀ ਦੇ ਸਿਰ ਗੱਲ ਦਿੱਤੀ ਜਾਊਗੀ ਜਿਹੜੀਆਂ ਸਾਡੀਆਂ ਇਹ ਅਥਾਰਿਟੇਰੀਅਨ ਤਾਨਾਸ਼ਾਹੀ ਸਰਕਾਰਾਂ ਨੇ ਆਉਂਦੀਆਂ ਰਹਿੰਦੀਆਂ ਨੇ ਸਿਰਫ ਇਹਨਾਂ ਦੇ ਚਿਹਰੇ ਚੇਂਜ ਹੁੰਦੇ ਨੇ ਤੇ ਇਹ ਵੀ ਇੱਕ ਵੱਡੀ ਚੀਜ਼ ਆ ਕਿ ਕਿਸਾਨ ਉਹਨਾਂ ਦਾ ਲੌਜੀਕਲ ਆਨਸਰ ਦੇ ਰਹੇ ਨੇ ਤੇ ਅੰਤ ਦੇ ਵਿੱਚ ਇੱਕ ਮਾਰਟਿਨ ਨਵੈਲਰ ਹੋਇਆ ਜਦੋਂ ਹਿਟਲਰ ਨੇ ਜਿਹੜੀ ਜਿਊਜ਼ ਕਮਿਊਨਿਟੀ ਸੀ ਉਹਦਾ ਧਾਨ ਕੀਤਾ ਜਰਮਨ ਦੇ ਵਿੱਚ ਉਸ ਕਵੀ ਨੇ ਇੱਕ ਪੋਇਮ ਲਿਖੀ ਸੀ ਇੱਕ ਕਵਿਤਾ ਲਿਖੀ ਸੀ ਉਹ ਕਵਿਤਾ ਦਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਉਹਦਾ ਇੱਕ ਭਾਰਤੀ ਰੂਪਾਂਤਰਣ ਇੰਡੀਅਨ ਉਹਦਾ ਵਰਜਨ ਮੈਂ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਕਹਿੰਦੇ ਉਹ ਕਵਿਤਾ ਏਦਾਂ ਆ ਕਿ ਉਹ ਪਹਿਲਾਂ ਘੱਟ ਗਿਣਤੀਆਂ ਲਈ ਆਏ ਜੇ ਮੈਂ ਸਿੱਧਾ ਕਹਾਂ ਕਿ ਉਹ ਪਹਿਲਾਂ ਮੁਸਲਮਾਨਾਂ ਲਈ ਆਏ ਮੈਂ ਮੁਸਲਮਾਨ ਨਹੀਂ ਸੀ ਮੈਂ ਚੁੱਪ ਰਿਹਾ ਫਿਰ ਉਹ ਵਿਦਿਆਰਥੀਆਂ ਲਈ ਆਏ ਮੈਂ ਵਿਦਿਆਰਥੀ ਨਹੀਂ ਸੀ ਮੈਂ ਚੁੱਪ ਰਿਹਾ ਫਿਰ ਉਹ ਮਜ਼ਦੂਰਾਂ ਲਈ ਆਏ ਮੈਂ ਮਜ਼ਦੂਰ ਵੀ ਨਹੀਂ ਸੀ ਮੈਂ ਚੁੱਪ ਰਿਹਾ ਫਿਰ ਉਹ ਬੁੱਧੀਜੀਵੀਆਂ ਲਈ ਆਏ ਮੈਂ ਬੁੱਧੀਜੀਵੀ ਵੀ ਨਹੀਂ ਸੀ ਮੈਂ ਚੁੱਪ ਰਿਹਾ ਫਿਰ ਉਹ ਆਖਰ ਮੇਰੇ ਲਈ ਆ ਗਏ ਤੇ ਫਿਰ ਮੈਨੂੰ ਬਚਾਉਣ ਵਾਲਾ ਕੋਈ ਵੀ ਨਹੀਂ ਸੀ ਧੰਨਵਾਦ ਫਿਰ ਵੀ ਅਸੀਂ ਲੋਕੀ ਨਾ ਸਾਡਾ ਵੀ ਦੇਖ ਦੇਣਾ ਇਹ ਗੱਲ ਕਿਸਾਨ ਸੰਘਰਸ਼ ਦੇ ਆਗੂਆਂ ਨੇ ਕਹਿੰਦਾ ਕਿਸਾਨ ਸੰਘਰਸ਼ ਦੇ ਲੋਕਾਂ ਨੇ ਸਾਬਤ ਕਰ ਦਿੱਤੀ ਆ ਕਿ ਜਿੰਨੀਆਂ ਮਰਜ਼ੀ ਵੱਡੀਆਂ ਔਕੜਾਂ ਖੜੇ ਕਰ ਦਿਓ ਸਾਡਾ ਗੇੜਾ ਵੀ ਰਹੂਗਾ ਪਰ ਇਹ ਤੋੜ ਕੇ ਵਿਰਾਵਾਂਗੇ ਅਸੀਂ ਜਦੋਂ ਇੱਕ ਅੱਜ ਹੀ ਰੈਲੀ ਕਰਨ ਜਾ ਰਹੇ ਹਾਂ ਸਾਡਾ ਇੱਕੋ ਇੱਕ ਮਕਸਦ ਹੈਗਾ ਕਿ ਉਹਨਾਂ ਕਿਸਾਨਾਂ ਦੇ ਮੰਗਾਂ ਦੀ ਗੱਲ ਜਿਹੜੀ ਆ ਉਹ ਪਿੰਡਾਂ ਦੀਆਂ ਗਲੀਆਂ ਵਿੱਚ ਸ਼ਹਿਰਾਂ ਦੀ ਗਲੀਆਂ ਵਿੱਚ ਜਾਣੀ ਚਾਹੀਦੀ ਆ ਕਿ ਉਹ ਸੜਕਾਂ ਦੀਆਂ ਖੱਡਾਂ ਦੇ ਵਿੱਚ ਸੜਕਾਂ ਦੇ ਬਹਿਣ ਵਾਲੇ ਦੇ ਵਿੱਚ ਕਿਸਾਨ ਆ ਸਾਡੇ ਸਾਡੀਆਂ ਧੀਆਂ ਸਾਡੀਆਂ ਮਾਵਾਂ ਸਾਡੇ ਬਜ਼ੁਰਗ ਆ ਉਹ ਸਿਰਫ ਉਹਨਾਂ ਲੜਾਈ ਜਿਹੜੀ ਆ ਉਹ ਕਿਸਾਨੀ ਮੰਗਾਂ ਤੱਕ ਨਹੀਂ ਹੈ ਉਹਨਾਂ ਰੋਕ ਕਿਸਾਨੀ ਮੰਗਾਂ ਕਰਕੇ ਨਹੀਂ ਹੈ ਇਹ ਬੜੇ ਸਮੇਂ ਤੋਂ ਉਹਨਾਂ ਦੇ ਅੰਦਰ ਰੋਸ ਪੈਦਾ ਹੋਇਆ ਸੀ ਇਹ ਰੋਸ ਉਦੋਂ ਤੋਂ ਪੈਦਾ ਹੋਇਆ ਸੀ ਜਦੋਂ ਦੇਸ਼ ਦੇ ਅੰਦਰ ਨੋਟਬੰਦੀ ਕੀਤੀ ਗਈ ਇਹ ਰੋਸ ਉਦੋਂ ਤੋਂ ਪੈਦਾ ਹੋਇਆ ਸੀ ਜਦੋਂ ਕਾਲੇ ਕਾਨੂੰਨ ਬਣਾਏ ਗਏ ਤੇ ਸਾਡੇ ਦੇਸ਼ ਦੇ ਰਹਿਣ ਵਾਲੇ ਲੋਕ ਇਹ ਸਾਬਤ ਕਰਨ ਕਿ ਇਹ ਦੇਸ਼ ਦੇ ਨਾਗਰਿਕ ਹੈਗੇ ਕਿ ਨਹੀਂ ਹੈਗੇ ਇਹ ਰੋਸ ਉਦੋਂ ਤੋਂ ਪੈਦਾ ਹੋਇਆ ਹੈ ਇਹ ਰੋਸ ਉਦੋਂ ਤੋਂ ਪੈਦਾ ਹੋਇਆ ਹੈ ਕਿ ਜਦੋਂ ਦੇਸ਼ ਦਾ ਬੁੱਧੀਜੀਵੀ ਪੱਤਰਕਾਰ ਲੇਖਕ ਤੇ ਹੋਰ ਕਾਰਕੁਨ ਜਿਹੜੇ ਆ ਤੇ ਸਰਕਾਰ ਤੇ ਲੋਕਾਂ ਕਿਵੇਂ ਕਰਦੇ ਸੀ ਤੇ ਉਹਦੇ ਫਰਕ ਦੇਖ ਸਕਿਆ ਹੋਇਆ ਇਹ ਰੇਸ ਉਦੋਂ ਦਾ ਪੈਦਾ ਹੋਇਆ ਹੋਇਆ ਇਹ ਰੇਸ ਉਦੋਂ ਦਾ ਪੈਦਾ ਹੋਇਆ ਹੋਇਆ ਕਿ ਜਦੋਂ ਕੋਵਿਡ ਦੇ ਨਾਂ ਦੇ ਉੱਪਰ ਕੋਵਿਡ ਦੇ ਨਾਂ ਦੇ ਉੱਪਰ ਦੇਸ਼ ਦੇ ਵਿੱਚ ਤਾਲਾਬੰਦੀ ਕਰਕੇ ਲੋਕਾਂ ਨੂੰ ਘਰਾਂ ਅੰਦਰ ਬੰਦ ਕਰਕੇ ਲੋਕਾਂ ਉੱਪਰ ਕਾਲੇ ਕਾਨੂੰਨ ਬਣੇ ਗਏ ਇਹ ਰੇਸ ਉਦੋਂ ਜਦ ਪੈਦਾ ਹੋਇਆ ਹੋਇਆ ਇਸ ਕਰਕੇ ਇਹ ਤੱਕ ਇਹ ਇੱਕ ਮੌਕਾ ਲੱਗ ਗਿਆ ਸਾਡੇ ਆਪਣੀ ਗੱਲ ਕਹਿਣ ਦਾ ਇਹ ਮੌਕਾ ਹੋਇਆ ਇਹ ਹਰ ਕੋਈ ਸੀ ਜਵਾਨ ਨੂੰ ਦੇਵਾਂਗੇ ਇਹ ਆਪਣੇ ਪਰਤਾਂ ਦੇ ਇਹ ਤੁਹਾਨੂੰ ਵੱਡੇ ਰਾਜ ਦੇ ਖਿਲਾਫ ਇਹ ਤੁਹਾਨੂੰ ਕੁੱਝ ਸਰਕਾਰ ਦੇ ਖਿਲਾਫ ਇਹ ਕੋਈ ਤੰਗ ਹੈ ਦੇ ਖਿਲਾਫ ਅਸੀਂ ਵਰਤਾਂਗੇ ਤੇ ਇਹ ਉਦੋਂ ਤੱਕ ਕਰਦੇ ਰਹਾਂਗੇ ਜਦ ਤੱਕ ਇਹ ਪੂਰਾ ਸਮਾਜ ਫੜਿਆ ਨਹੀਂ ਜਾ ਸਕਦਾ ਜਦ ਤੱਕ ਇਹ ਸਮਾਜ ਫੜ ਨਹੀਂ ਜਾਂਦਾ ਇਹ ਲੜਾਈ ਕਦੇ ਖੇਤੀ ਕਾਨੂੰਨਾਂ ਦੀ ਨਹੀਂ ਹੈ ਇਹ ਦੇਸ਼ ਦੇ ਖੇਤੀ ਮਜ਼ਦੂਰ ਨੇ ਹਰ ਇੱਕ ਜਿਹੜੀਆਂ ਉਹ ਲੈ ਰਹੀ ਆ ਇਹ ਸੰਘਰਸ਼ ਉਧਰ ਜਾਏਗਾ ਕਿ ਜਦ ਤੱਕ ਇਹ ਲੋਕ ਤੋਂ ਪ੍ਰਬੰਧ ਨਹੀਂ ਆਇਆ ਜਿਹੜੇ ਸਮੇਂ